ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਿਹੜੀ ਡਿਟੇਲ 'ਚ ਜਾਣਕਾਰੀ ਸਾਂਝੀ ਕਰਾਂਗੇ, ਜਿਹੜੀ ਕਣਕ ਦੀ ਫਸਲ ਦੇ ਵਿੱਚ ਪੀਲੀ ਕੁੰਗੀ ਦਾ ਹਮਲਾ, ਜਿਹਨੂੰ ਆਪਾਂ ਯੈਲੋ ਰਸਟ ਕਹਿ ਦਿੰਦੇ ਹਾਂ ਜਾਂ ਸਟ੍ਰਾਈਪ ਰਸਟ ਕਹਿ ਦਿੰਦੇ ਹੈਗੇ ਆ, ਉਹਦੇ ਬਾਰੇ, ਉਹਦੀ ਇਨਫੈਕਸ਼ਨ ਕਿਵੇਂ ਹੁੰਦੀ ਆ ਅਤੇ ਸਿਮਟਮਸ ਕੀ ਨੇ, ਉਹਦਾ ਇਫੈਕਟ ਕੀ ਆ, ਕਣਕ ਦੀ ਫਸਲ ਦੀ ਕਿਹੜੀ ਸਟੇਜ ਦੇ ਉੱਤੇ ਇਹ ਜਿਹੜਾ ਹੈਗਾ ਸਭ ਤੋਂ ਵੱਧ ਇਫੈਕਟ ਕਰਦੀ ਆ, ਝਾੜ 'ਤੇ ਕੀ ਅਸਰ ਪਾਉਂਦੀ ਆ, ਉਹਦਾ ਆਪਾਂ ਕੰਟਰੋਲ ਕਿਸ ਤਰ੍ਹਾਂ ਕਰ ਸਕਦੇ ਹਾਂ, ਅਤੇ ਜਿਹੜਾ ਬਾਰਿਸ਼ ਹੋਣਾ ਜਿਹੜੀ ਪੈ ਰਹੀ, ਬਾਰਿਸ਼, ਤਾਪਮਾਨ, ਹਵਾ ਜਿਹੜੀ ਵਗਣੀ ਤੇਜ਼, ਉਹਦਾ ਜਿਹੜਾ ਹੈਗਾ ਬਿਮਾਰੀ ਦੇ ਉੱਤੇ ਕੀ ਅਸਰ ਹੁੰਦਾ। ਕਿਉਂਕਿ ਕਈ ਕਿਸਾਨ ਵੀਰ ਕਹਿ ਜਾਂਦੇ ਕਿ ਬਾਰਿਸ਼ ਦੇ ਨਾਲ ਜਿਹੜੇ ਹੈਗੇ ਪੱਤੇ ਧੋਤੇ ਗਏ, ਬਿਮਾਰੀ ਰੁਕ ਗਈ, ਉਹਦੇ ਬਾਰੇ ਜਿਹੜੀ ਆਪਾਂ ਡਿਟੇਲ 'ਚ ਜਾਣਕਾਰੀ ਸਾਂਝੀ ਕਰਨੀ ਹੈ ਕਿ ਉਹਦੇ ਨਾਲ ਬਿਮਾਰੀ ਰੁਕਦੀ ਹੈ ਜਾਂ ਵੱਧਦੀ ਹੈ। ਸੋ ਜਿਹੜੇ ਨਵੇਂ ਕਿਸਾਨ ਵੀਰ ਜੁੜੇ, ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਵਾਲਾ ਬਟਨ ਦਬਾ ਲਓ, ਤਾਂ ਕਿ ਹਰ ਇੱਕ ਨਵੀਂ ਜਾਣਕਾਰੀ, ਨਵੀਂ ਵੀਡੀਓ ਜਦੋਂ ਆਪਾਂ ਅਪਲੋਡ ਕਰੀਏ ਤੁਹਾਨੂੰ ਨਾਲ ਦੀ ਨਾਲ ਮਿਲ ਜਾਵੇ। ਕਿਰਪਾ ਕਰਕੇ ਵੀਡੀਓ ਪੂਰੀ ਸੁਣ ਲਿਓ, ਪੂਰੀ ਜਾਣਕਾਰੀ ਲਈ, ਕਈ ਵੀ ਕਿਸਾਨ ਵੀਰ ਅੱਗੇ ਅੱਗੇ ਕਰਕੇ ਦੇਖ ਲੈਂਦੇ ਹੋ, ਪੂਰੀ ਜਾਣਕਾਰੀ ਨਹੀਂ ਮਿਲਦੀ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੇ ਚੰਗੀ ਲੱਗਦੀ ਹੁੰਦੀ ਹੈ, ਤਾਂ ਅੱਗੇ ਹੋਰ ਕਿਸਾਨ ਵੀਰਾਂ ਨਾਲ ਸਾਂਝੀ ਜ਼ਰੂਰ ਕਰਦਿਆ ਕਰੋ, ਤਾਂ ਕਿ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਜਾਣਕਾਰੀ ਪਹੁੰਚ ਸਕੇ। ਸੋ ਜਿਹੜੀ ਕਿਸਾਨ ਵੀਰੋ, ਯੈਲੋ ਰਸਟ ਹੈ ਪੀਲੀ ਕੁੰਗੀ ਹੈ ਕਣਕ ਦੀ ਫਸਲ ਦੇ ਵਿੱਚ, ਜਿਹੜੀ ਹੈਗੀ ਆ ਪਕਸੀਨੀਆ ਸਟੀ ਫਾਰਮਸ, ਇਹਦੀ ਸਪੀਸੀਜ਼ ਹੁੰਦੀ ਆ ਟ੍ਰੀਟੀ ਸਾਈ, ਜਿਹੜੀ ਆਪਣੇ ਆਮ ਅਟੈਕ ਕਰਦੀ ਹੈ, ਅਤੇ ਦੁਨੀਆ ਭਰ ਦੇ ਤਕਰੀਬਨ ਜਿਹੜੇ ਹੈਗੇ ਆ 60 ਦੇਸ਼ਾਂ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਅਟੈਕ ਹੁੰਦਾ। ਕਣਕ ਦੀ ਫਸਲ ਵਾਸਤੇ ਬਹੁਤ ਹੀ ਖਤਰਨਾਕ ਇਹ ਬਿਮਾਰੀ ਹੈਗੀ ਹੈ ਜਿਹੜੀ ਪੀਲੀ ਕੁੰਗੀ ਦੀ। ਅਤੇ ਉੱਤਰੀ ਭਾਰਤ ਦੇ ਵਿੱਚ ਕਿਸਾਨ ਵੀਰੋ, ਇਹ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਦੱਖਣੀ ਪੱਛਮੀ ਪੰਜਾਬ, ਹਰਿਆਣਾ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਹੈਗਾ ਦਸੰਬਰ ਦੇ ਐਂਡ ਤੋਂ ਲੈ ਕੇ ਅਤੇ ਜਨਵਰੀ ਦੇ ਸ਼ੁਰੂ ਦੇ ਵਿੱਚ ਇਹ ਅਟੈਕ ਕਰਦੀ ਹੈ, ਉਦੋਂ ਇਹਦਾ ਅਟੈਕ ਜਿਹੜਾ ਹੈਗਾ ਹੋ ਸਕਦਾ ਹੁੰਦਾ, ਜਦੋਂ ਜਿਹੜਾ ਇਹ ਦਸੰਬਰ ਜਨਵਰੀ ਦੇ ਮਹੀਨੇ ਹੁੰਦੇ ਆ, ਅਤੇ ਸਭ ਤੋਂ ਜ਼ਿਆਦਾ ਜਿਹੜੇ ਇਹਦੇ ਲੱਛਣ ਦੇਖਣ ਨੂੰ ਮਿਲਦੇ ਫਰਵਰੀ ਮਹੀਨੇ ਦੇ ਵਿੱਚ, ਪਿਛਲੇ ਸਾਲਾਂ 'ਚ ਦੇਖਣ ਨੂੰ ਮਿਲੇ ਆ। ਅਤੇ ਆਕਸੀਜਨ ਹੁੰਦਾ ਜਦੋਂ ਗਰਮੀਆਂ ਹੁੰਦੀਆਂ ਨੇ, ਆਕਸੀਜਨ ਦੇ ਵਿੱਚ ਇਹ ਜਿਹੜੇ ਹੈਗੇ ਸਪੋਰ ਹੈ, ਇਸ ਬਿਮਾਰੀ ਦੇ ਯੂਰੀਡੀਓ ਸਪੋਰਸ ਹੁੰਦੇ ਜਿਹੜੇ, ਉਹ ਇਨੈਕਟਿਵ ਫਾਰਮ ਦੇ ਵਿੱਚ, ਜਿਹੜੀਆਂ ਲਾਹੌਲ ਸਪੀਤੀ ਜਾਂ ਲੇਹ ਲਦਾਖ ਜਾਂ ਕਿਲੋਂਗ ਦੀਆਂ ਘਾਟੀਆਂ ਜਿਹੜੀਆਂ, ਉਹਨਾਂ ਦੀਆਂ ਉੱਚੀਆਂ ਪਹਾੜੀਆਂ ਦੇ ਵਿੱਚ ਇਹ ਸਰਵਾਈਵ ਕਰਦੇ ਆ। ਜਦੋਂ ਫੇਵਰੇਬਲ ਕੰਡੀਸ਼ਨ ਆਉਂਦੀਆਂ ਤਾਂ ਇਹ ਜਿਹੜੇ ਹੈਗੇ ਆ, ਜਦੋਂ ਸਹੀ ਜਿਹੜੀਆਂ ਇਹਨਾਂ ਨੂੰ ਮਿਲਦੀ ਹੈਗੀ ਆ ਕੰਡੀਸ਼ਨ, ਮਿਲਦੀ ਵਾਤਾਵਰਨ ਉਹੋ ਜਿਹਾ ਮਿਲਦਾ, ਤਾਂ ਉਦੋਂ ਇਹ ਫਸਲ ਦੇ ਉੱਤੇ ਆ ਕੇ ਅਟੈਕ ਕਰਦਾ। ਅਤੇ ਇਹ ਆਮ ਕਰਕੇ ਕਿਸਾਨ ਵੀਰੋ ਜਿਹੜੀ ਠੰਡੇ ਤਾਪਮਾਨ ਦੀ ਜਿਹੜੀ ਬਿਮਾਰੀ ਹੈਗੀ, ਲੋਅ ਟੈਂਪਰੇਚਰ ਦੇ ਵਿੱਚ ਜ਼ਿਆਦਾ ਅਟੈਕ ਕਰਦੀ ਹੈਗੀ ਆ। ਟੈਂਪਰੇਚਰ ਰੇਂਜ ਵੀ ਅੱਗੇ ਆਪਾਂ ਦੱਸਾਂਗੇ ਕਿੰਨੇ ਕੁ ਤਾਪਮਾਨ 'ਚ ਕਰਦੀ ਹੈ, ਪਰ ਹੁਣ ਇਹਨੇ ਜਿਹੜੇ ਗਰਮ ਦੇਸ਼ ਨੇ ਦੁਨੀਆ ਦੇ, ਉਹਨਾਂ ਦੇ ਵਿੱਚ ਜਿਵੇਂ ਉਦਾਹਰਣ ਦੇ ਤੌਰ 'ਤੇ ਆਪਾਂ ਇਰਾਨ ਕਹਿ ਲਈਏ ਜਾਂ ਯੂਗੋਸਲਾਵੀਆ ਜਿਹੜੇ ਗਰਮ ਦੇਸ਼ ਨੇ, ਉਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਇਹਨੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਇਹਦਾ ਇਫੈਕਟ ਕੀ ਹੁੰਦਾ ਕਿਸਾਨ ਵੀਰੋ, ਝਾੜ ਕਿਵੇਂ ਘਟਾਉਂਦੀ ਕਣਕ ਦੀ ਫਸਲ ਦੇ ਵਿੱਚ, ਆਪਾਂ ਨੂੰ ਪਤਾ ਕਿ ਜਦੋਂ ਹਰਾ ਮਾਦਾ ਘਟਾਉਂਦੀ ਹੈ ਪੱਤਿਆਂ ਦੇ ਵਿੱਚ, ਹਰਾ ਮਾਦਾ ਘਟਾਉਣ ਨਾਲ ਗ੍ਰੀਨ ਲੀਫ ਏਰੀਆ ਘਟਦਾ, ਪੱਤਿਆਂ ਦਾ ਜਿਹੜਾ ਹੈਗਾ ਹਰਾ ਮਾਦਾ ਘਟਣ ਦੇ ਨਾਲ ਜਿਹੜੇ ਉਹਦੇ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਹੁੰਦੀ ਆ, ਉਹਦੇ ਵਿੱਚ ਭੋਜਨ ਬਣਾਉਣਾ ਹੁੰਦਾ ਤਾਂ ਉਹ ਘਟ ਜਾਂਦਾ। ਅਤੇ ਜਦੋਂ ਦਾਣੇ ਭਰਨੇ ਸ਼ੁਰੂ ਹੁੰਦੇ ਆ, ਦੁੱਧਾ ਭਰਨਾ ਸ਼ੁਰੂ ਹੁੰਦਾ, ਤਾਂ ਉਦੋਂ ਜਿਹੜੀ ਸ਼ੂਗਰ ਸਪਲਾਈ ਆ, ਜਿਹੜੀ ਸ਼ੂਗਰ ਜਿਹੜੀ ਜਮ੍ਹਾਂ ਹੁੰਦੀ ਹੈ, ਕਾਰਬੋਹਾਈਡਰੇਟਸ ਜਮ੍ਹਾਂ ਹੁੰਦੇ ਨੇ ਬੂਟੇ ਦੇ ਪੱਤਿਆਂ ਦੇ ਵਿੱਚ, ਸਟੈਮ ਦੇ ਤਣੇ ਦੇ ਵਿੱਚ, ਉਹ ਜਿਹੜੇ ਹੈਗੇ ਉਹਨਾਂ ਦੀ ਸਪਲਾਈ ਰੋਕਦੀ ਆ ਦਾਣਿਆਂ ਵੱਲ ਨੂੰ ਜਾਣ ਤੋਂ, ਅਤੇ ਉਹਦੇ ਨਾਲ ਜਿਹੜਾ ਹੈਗਾ ਝਾੜ ਦੇ ਉੱਤੇ ਅਸਰ ਪੈਂਦਾ। ਅਤੇ ਝਾੜ ਘਟਣਾ ਨਿਰਭਰ ਕਰਦਾ ਕਿਸਾਨ ਵੀਰੋ ਕਿ ਇਹਦਾ ਇਨਫੈਕਸ਼ਨ ਦਾ ਟਾਈਮ ਕਿਹੜਾ, ਜਿਹੜਾ ਤੁਸੀਂ ਪੁੱਛਦੇ ਹੁੰਦੇ ਕਿਹੜੀ ਸਟੇਜ 'ਤੇ ਵੱਧ ਅਟੈਕ ਕਰਦੀ ਹੈ, ਕਿ ਕਦੋਂ ਇਹ ਅਟੈਕ ਕਰ ਰਹੀ ਹੈ, ਕਿਹੜੀ ਸਟੇਜ 'ਤੇ ਅਟੈਕ ਕਰ ਰਹੀ ਹੈ, ਅਤੇ ਕਿੰਨੀ ਇਹ ਬਿਮਾਰੀ ਹੈ, ਸਵੀਅਰਟੀ ਆਫ ਡਿਜ਼ੀਜ਼, ਮਤਲਬ ਕਿ ਕਿੰਨਾ ਕੁ ਇਹਦਾ ਹਮਲਾ ਹੋ ਚੁੱਕਿਆ, ਹਮਲਾ ਜ਼ਿਆਦਾ ਜਾਂ ਘੱਟ ਹੈ, ਅਤੇ ਉਸ ਤੋਂ ਬਾਅਦ ਫਿਰ ਆਪਾਂ ਕਿੰਨੇ ਚਿਰ 'ਚ ਉਹਨੂੰ ਕੰਟਰੋਲ ਕਰਦੇ ਜਾਂ ਕਦੋਂ ਆਪਾਂ ਸਪਰੇਅ ਕਰਕੇ ਉਹਨੂੰ ਸਮੇਂ ਸਿਰ ਕਾਬੂ ਪਾਉਂਦੇ ਹਾਂ, ਜਾਂ ਜੇ ਟਾਈਮ ਵੱਧ ਘੱਟਤਾ ਤਾਂ ਉਹਦੇ ਨਾਲ ਜਿਹੜਾ ਹੈਗਾ ਵੱਧ ਨੁਕਸਾਨ ਹੁੰਦਾ। ਆਮ ਤੌਰ 'ਤੇ ਜਿਹੜਾ ਹੈਗਾ ਜਿੱਥੇ ਕਿਤੇ ਇਹ ਅਟੈਕ ਕਰਦੀ ਹੈ ਜ਼ਿਆਦਾ, ਆਮ ਜਿਹੜਾ ਹੈਗਾ ਰਿਸਰਚਾਂ ਦੇ ਵਿੱਚ ਹੈਗਾ ਕਿ ਇਹ 70% ਤੱਕ ਜਿਹੜਾ ਨੁਕਸਾਨ ਕਰ ਸਕਦੀ, ਪਰ ਜਿਹੜਾ ਨੁਕਸਾਨ ਦੇਖਣ ਨੂੰ ਮਿਲਿਆ ਜਿਹੜੇ ਜਿਹੜੇ ਦੇਸ਼ਾਂ 'ਚ ਹੁੰਦਾ ਹੈਗਾ, ਤਾਂ 5 ਤੋਂ 25% ਆਮ ਜਿਹੜਾ ਨੁਕਸਾਨ ਇਹਦਾ ਜਦੋਂ ਅਟੈਕ ਕਰਦੀ ਹੈ ਤਾਂ ਝਾੜ ਦੇ ਉੱਤੇ ਇਹਦਾ ਨੁਕਸਾਨ ਦੇਖਣ ਨੂੰ ਮਿਲਦਾ। ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਇਹਦੀਆਂ ਜਿਹੜੀਆਂ ਹੈਗੀਆਂ ਨਿਸ਼ਾਨੀਆਂ ਦੇ ਵਿੱਚ, ਆਪਾਂ ਕਹਿ ਦਿੰਦੇ ਹਾਂ ਕਿ ਜਦੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਜਦੋਂ ਇਨਫੈਕਸ਼ਨ ਹੁੰਦੀ ਕਿਸਾਨ ਵੀਰੋ, ਉਦੋਂ ਆਪਾਂ ਨੂੰ ਆਮ ਜਿਹੜਾ ਪੂਰੀ ਜਾਣਕਾਰੀ ਜਿਹਨੂੰ ਨਹੀਂ ਹੈਗੀ, ਆਮ ਆਪਾਂ ਲੇਮੈਨ ਕਹਿ ਦਈਏ, ਆਮ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ, ਜਦੋਂ ਇਨਫੈਕਸ਼ਨ ਤੋਂ ਘੱਟੋ ਘੱਟ ਹਫ਼ਤੇ ਬਾਅਦ ਇਹਦੀਆਂ ਨਿਸ਼ਾਨੀਆਂ ਦਿਸਣ ਲੱਗਦੀਆਂ ਨੇ, ਅਤੇ ਉਦੋਂ 1 ਹਫ਼ਤੇ ਬਾਅਦ, ਮਤਲਬ ਕਿ ਇਨਫੈਕਸ਼ਨ ਹੋਣ ਤੋਂ 2 ਹਫ਼ਤੇ ਬਾਅਦ, ਜਿਹੜੇ ਇਹਦੇ ਤਕਰੀਬਨ 12-14 ਦਿਨ ਦੇ ਬਾਅਦ, ਜਿਹੜੇ ਇਹਦੇ ਸਪੋਰ ਜਿਹੜੇ ਧੂੜੇ ਹਲਦੀ ਨੁਮਾ ਜਿਹੜਾ ਧੂੜਾ ਉੱਤੇ ਨਜ਼ਰ ਆਉਂਦਾ, ਉਹ ਇਨਫੈਕਸ਼ਨ ਹੋਈ ਨੂੰ ਘੱਟੋ ਘੱਟ 10-12 ਦਿਨ ਹੋ ਗਏ ਹੁੰਦੇ ਆ, ਉਦੋਂ ਬਾਅਦ ਨਜ਼ਰ ਆਉਣ ਲੱਗਦਾ। ਇਸ ਕਰਕੇ ਜਦੋਂ ਇਹ ਬਿਮਾਰੀ ਅਟੈਕ ਕਰਦੀ, ਉਦੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਇਹਦਾ, 1 ਹਫ਼ਤੇ ਬਾਅਦ ਘੱਟੋ ਘੱਟ ਇਹਦੀਆਂ ਜਿਹੜੀਆਂ ਪੀਲਾਪਣ ਪੱਤਿਆਂ ਦੇ ਉੱਤੇ ਨਜ਼ਰ ਆਉਣਾ ਸ਼ੁਰੂ ਹੁੰਦਾ।
ਅਤੇ ਜਿਹੜਾ ਹੈਗਾ ਉਦੋਂ ਬਾਅਦ ਜਿਹੜਾ ਹੈਗਾ ਪੀਲਾ ਹਲਦੀ ਨੁਮਾ ਧੂੜਾ ਨਜ਼ਰ ਆਉਂਦਾ ਪੱਤਿਆਂ ਦੇ ਉੱਤੇ, ਜਿਹੜੀਆਂ ਲੰਬੀਆਂ ਲੰਬੀਆਂ ਧਾਰੀਆਂ ਬਣ ਜਾਂਦੀਆਂ ਨੇ। ਪਹਿਲਾਂ ਪੱਤਿਆਂ ਅਟੈਕ ਉੱਤੇ ਅਟੈਕ ਹੁੰਦਾ, ਅਤੇ ਜਦੋਂ ਜਿਵੇਂ ਬਿਮਾਰੀ ਵੱਧਦੀ ਉਦੋਂ ਬਾਅਦ ਜਿਹੜਾ ਤਣੇ ਦੇ ਉੱਤੇ, ਅਤੇ ਜਾਂ ਹੌਲੀ ਹੌਲੀ ਜਦੋਂ ਛਿੱਟੇ ਨਿਕਲਣੇ ਸ਼ੁਰੂ ਹੁੰਦੇ ਆ, ਤਾਂ ਦਾਣਿਆਂ ਦੇ ਵਿੱਚ ਵੀ ਜਿਹੜਾ ਹੈਗਾ ਇਹਦਾ ਛਿੱਟਿਆਂ ਦੇ ਵਿੱਚ ਵੀ ਇਹਦਾ ਅਟੈਕ ਜਿਹੜਾ ਹੈਗਾ ਹੋ ਜਾਂਦਾ। ਅਤੇ ਯੂਰੀਡੀਓ ਸਪੋਰਸ ਇਹਦੇ ਜਿਹੜੇ ਪੈਦਾ ਹੁੰਦੇ ਆ, ਜਿਹੜੇ ਕਿ ਬਾਅਦ 'ਚੋਂ ਜਿਹੜਾ ਹਲਦੀ ਨੁਮਾ ਧੂੜਾ ਆਪਾਂ ਨੂੰ ਨਜ਼ਰ ਆਉਂਦਾ, ਪੀਲੇ ਤੋਂ ਸੰਤਰੀ ਰੰਗ ਦੇ ਵਿੱਚ ਲੈਣਾ ਲੰਬੀਆਂ ਧਾਰੀਆਂ ਜਿਹੜੀਆਂ ਪੱਤਿਆਂ ਦੇ ਉੱਤੇ ਨਜ਼ਰ ਆਉਂਦੀਆਂ ਹੈ। ਅਤੇ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ, ਇਹਦਾ ਅਟੈਕ ਜਿਹੜਾ ਹੈਗਾ ਇਨਫੈਕਸ਼ਨ ਤੋਂ ਬਾਅਦ ਜਿਹੜਾ ਪੂਰਾ ਅਟੈਕ ਹੈ, ਜੇ ਆਪਾਂ ਨਾ ਕੰਟਰੋਲ ਕਰੀਏ ਸਮੇਂ ਸਿਰ, ਜਿਵੇਂ ਤੁਹਾਨੂੰ ਦੱਸਿਆ, ਤਾਂ 30 ਤੋਂ 40 ਦਿਨ ਦੇ ਵਿੱਚ ਜਿਹੜਾ ਇਹਦਾ ਹਮਲਾ ਪੂਰਾ ਵੱਧ ਜਾਂਦਾ, ਜਦੋਂ ਤਾਈਂ ਆਪਾਂ ਨੂੰ ਪਤਾ ਲੱਗਦਾ ਜੇ ਆਪਾਂ ਧਿਆਨ ਦੇ ਨਾਲ ਇਹਨੂੰ, ਕਿਉਂਕਿ ਤੌੜੀਆਂ ਦੇ ਵਿੱਚ ਇਹ ਨਜ਼ਰ ਆਉਂਦੀ ਬਿਮਾਰੀ। ਜੇ ਆਪਾਂ ਇਹਦੀਆਂ ਹਰ ਰੋਜ਼ ਮਤਲਬ ਕਿ ਨਿਰੀਖਣ ਇਹਨਾਂ ਮਹੀਨਿਆਂ ਦੇ ਵਿੱਚ, ਦਸੰਬਰ ਐਂਡ ਤੋਂ ਜਨਵਰੀ ਫਰਵਰੀ ਮਾਰਚ ਦੇ ਮਹੀਨੇ ਤੱਕ ਜਿਹੜਾ ਹੈਗਾ ਹਰ ਰੋਜ਼ ਆਪਾਂ ਨੂੰ ਫਸਲ ਦਾ ਨਿਰੀਖਣ ਕਰਨਾ ਚਾਹੀਦਾ, ਜੇ ਤੌੜੀਆਂ ਦੇ ਵਿੱਚ ਦੋਗੀਆਂ ਦੇ ਵਿੱਚ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਪੀਲਾਪਣ ਨਜ਼ਰ ਆਵੇ, ਉਦੋਂ ਬਾਅਦ ਜਿਹੜਾ ਹੈਗਾ ਪੱਤਿਆਂ ਦੇ ਉੱਤੇ ਪਾਊਡਰ ਨਜ਼ਰ ਆਵੇ, ਤਾਂ ਆਪਾਂ ਨੂੰ ਜਿਹੜਾ ਹੈਗਾ ਉਹ ਪਤਾ ਲੱਗ ਜਾਂਦਾ ਕਿ ਇਹ ਅਟੈਕ ਹੋ ਗਿਆ, ਅਤੇ ਆਪਾਂ ਨੂੰ ਸਮੇਂ ਸਿਰ ਉਹਦਾ ਕੰਟਰੋਲ ਕਰਨਾ ਚਾਹੀਦਾ। ਜਿਹੜੇ ਵੈਦਰ ਪੈਰਾਮੀਟਰ ਸਾਹਿਬ ਮਤਲਬ ਕਿ ਵਾਤਾਵਰਨ ਜਾਂ ਜਿਹੜਾ ਮੌਸਮ ਕਹਿ ਲਓ ਕਿ ਉਹਦੇ ਵਿੱਚ ਤਾਪਮਾਨ ਅਤੇ ਮੀਂਹ, ਮੀਂਹ ਦੇ ਵਿੱਚ ਜਿਵੇਂ ਨਮੀ ਹਵਾ ਦੇ ਵਿੱਚ ਨਮੀ ਹੋ ਸਕਦੀ, ਜਾਂ ਜਿਹੜੀ ਤਰੇਲ ਪੈਣੀ, ਅਤੇ ਉਦੋਂ ਬਾਅਦ ਜੇ ਆਪਾਂ ਗੱਲ ਕਰੀਏ ਹਵਾ ਵਗਣੀ, ਇਹਦਾ ਜਿਹੜਾ ਕੀ ਇਫੈਕਟ ਹੁੰਦਾ ਉਹਦੇ ਬਾਰੇ ਆਪਾਂ ਜੇ ਗੱਲ ਕਰੀਏ, ਤਾਂ ਜਿਹੜਾ ਤਾਪਮਾਨ ਰੇਂਜ ਆ ਕਿਸਾਨ ਵੀਰੋ, ਜਿਹੜਾ ਤਾਪਮਾਨ ਹੈ ਜਿਹੜੇ 10 ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਜਿਹੜਾ ਹੈਗਾ ਇਹਦੇ ਵਾਸਤੇ ਫੇਵਰੇਬਲ ਹੈ, ਜਿਹਦੇ ਵਿੱਚ ਰਾਤ ਦਾ ਤਾਪਮਾਨ 7 ਤੋਂ 13 ਡਿਗਰੀ ਜਦੋਂ ਸੈਂਟੀਗ੍ਰੇਡ ਹੁੰਦਾ, ਦਿਨ ਦਾ ਤਾਪਮਾਨ 15 ਤੋਂ 24-25 ਡਿਗਰੀ ਤੱਕ, ਮਤਲਬ ਕਿ ਜਿਹੜਾ ਜੇ ਆਪਾਂ ਰੇਂਜ ਕਹਿ ਲਈਏ ਤਾਂ 13 ਤੋਂ ਲੈ ਕੇ 16 ਡਿਗਰੀ ਸੈਲਸੀਅਸ ਜਿਹੜੀ ਹੈਗੀ ਪੂਰਾ ਸਹੀ ਤਾਪਮਾਨ ਹੈ। ਇਹਦੇ ਜਿਹੜੇ ਯੂਰੀਡੀਓ ਸਪੋਰਸ ਆ, ਜਿਹੜੇ ਸਪੋਰਸ ਨੇ ਜਰਮੀਨੇਟ ਕਰਨਾ ਹੁੰਦਾ, ਬਿਮਾਰੀ ਨੇ ਇਨਫੈਕਟ ਕਰਨਾ, ਅਤੇ 20 ਤੋਂ 25 ਜਿਹੜਾ ਮੈਕਸੀਮਮ ਹੈ, 26 ਡਿਗਰੀ ਮੈਕਸੀਮਮ ਤਾਪਮਾਨ ਹੈ, ਪਰ ਇਹ ਬਿਮਾਰੀ ਜਿਹੜੀ ਹੈਗੀ ਜਦੋਂ 36 ਡਿਗਰੀ ਸੈਲਸੀਅਸ ਤੱਕ ਵੀ, ਜਿਹੜੀ ਰਿਸਰਚਾਂ ਦੇ ਵਿੱਚ ਇਹ ਜਿਹੜਾ ਹੈਗਾ ਲਿਟਰੇਚਰ ਦੇ ਵਿੱਚ ਹੈਗਾ ਕਿ 36 ਡਿਗਰੀ ਸੈਲਸੀਅਸ ਤੱਕ ਵੀ ਇਹ 2 ਹਫ਼ਤੇ ਤੱਕ ਜਿਹੜੇ ਹੈਗੇ ਆ, ਸੋਰੀ 2 ਦਿਨ ਤੱਕ ਜਿਹੜੇ ਇਹ ਸਪੋਰ ਇਹ 36 ਦਿਨ 36 ਡਿਗਰੀ ਸੈਂਟੀਗ੍ਰੇਡ ਤਾਪਮਾਨ 'ਤੇ 2 ਦਿਨ ਤੱਕ ਇਹ ਜਿਉਂਦੇ ਰਹਿ ਸਕਦੇ ਆ। ਈਵਨ 45 ਡਿਗਰੀ 'ਤੇ ਵੀ ਇਹ ਜਿਹੜੇ ਹੈਗੇ 5-7 ਮਿੰਟ ਸਪੋਰ ਜਿਉਂਦੇ ਰਹਿੰਦੇ ਆ। ਸੋ ਇਹਦੇ ਕਰਕੇ ਆਪਾਂ ਨੂੰ ਪਤਾ ਲੱਗ ਸਕਦਾ ਵੀ ਕਿੰਨੀ ਸਵੀਅਰ, ਕਿੰਨੀ ਭਿਆਨਕ ਬਿਮਾਰੀ ਹੈਗੀ ਹੈ। ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਰੇਨ ਮੀਂਹ ਦੀ ਜਾਂ ਨਮੀ ਦੀ, ਇਹਦੇ ਵਿੱਚ ਜਦੋਂ ਬਾਰਿਸ਼ ਪੈਂਦੀ ਹੈ, ਬਾਰਿਸ਼ ਕਿਉਂਕਿ ਇਹਦੇ ਯੂਰੀਡੀਓ ਸਪੋਰ ਆ ਜਿਹੜੇ ਬਿਮਾਰੀ ਨੂੰ ਇਨਫੈਕਸ਼ਨ ਕਰਨ ਵਾਲੇ ਸਪੋਰ ਆ, ਉਹਨਾਂ ਨੂੰ ਫ੍ਰੀ ਵਾਟਰ ਅਤੇ ਹਵਾ ਦੇ ਵਿੱਚ ਨਮੀ ਚਾਹੀਦੀ ਹੁੰਦੀ ਹੈ। ਹਵਾ ਦੇ ਵਿੱਚ ਨਮੀ ਕਿਸਾਨ ਵੀਰੋ 80 ਤੋਂ ਜਦੋਂ ਲੈ ਕੇ ਅਤੇ 100 ਡਿਗਰੀ ਤੱਕ ਹੋਵੇ, ਅਤੇ ਫ੍ਰੀ ਵਾਟਰ ਮਤਲਬ ਕਿ ਜਦੋਂ ਜਿਵੇਂ ਤਰੇਲ ਜ਼ਿਆਦਾ ਪੈਣ ਲੱਗ ਪੈਂਦੀ ਹੈ, ਕਈ ਕਈ ਦਿਨ ਤਰੇਲ ਪੈਂਦੀ ਰਹਿੰਦੀ ਹੈ, ਜਾਂ ਜਿਹੜੀ ਬਾਰਿਸ਼ ਜਦੋਂ ਹੁੰਦੀ ਹੈ, ਤਾਂ ਬਾਰਿਸ਼ ਹੋਣ ਦੇ ਨਾਲ ਜਿਹੜੇ ਹੈਗੇ ਇਹਦੇ ਇਹਨਾਂ ਨੂੰ ਫ੍ਰੀ ਵਾਟਰ ਮਿਲਦਾ ਹੈ, ਯੂਰੀਡੀਓ ਸਪੋਰ ਨੂੰ ਪਾਣੀ ਮਿਲਦਾ ਹੈਗਾ ਉਹਦੇ ਨਾਲ ਜਰਮੀਨੇਟ ਕਰਦੇ, ਇਸੇ ਕਰਕੇ ਆਮ ਕਰਕੇ ਇਹਦੇ ਜਿਹੜੇ ਸਿਮਟਮ ਆ ਇਹਦੀਆਂ ਨਿਸ਼ਾਨੀਆਂ ਉਦੋਂ ਨਜ਼ਰ ਆਉਂਦੀਆਂ ਜਦੋਂ ਆਪਾਂ ਹੁਣ ਆਹ ਜਿਹੜਾ ਹੈਗਾ ਜਨਵਰੀ ਫਰਵਰੀ ਜਦੋਂ ਮੀਂਹ ਪੈਂਦਾ, ਜਾਂ ਜਦੋਂ ਆਪਾਂ ਪਾਣੀ ਲਾਉਣੇ, ਪਾਣੀ ਲਾਉਣ ਤੋਂ ਬਾਅਦ ਜਿਹੜੀਆਂ ਇਹਦੀਆਂ ਨਿਸ਼ਾਨੀਆਂ ਕਈ ਵਾਰ ਨਜ਼ਰ ਆਉਂਦੀਆਂ, ਕਿਉਂਕਿ ਇਹਦੇ ਸਪੋਰ ਨੂੰ ਜਰਮੀਨੇਟ ਕਰਨ ਵਾਸਤੇ ਫ੍ਰੀ ਵਾਟਰ ਜਿਵੇਂ ਮਤਲਬ ਕਿ ਪਾਣੀ ਦੀ ਜ਼ਰੂਰਤ ਹੁੰਦੀ ਹੈਗੀ ਹੈ। ਅਤੇ ਜਿਹੜੀ ਹਵਾ ਦੇ ਵਿੱਚ ਨਮੀ ਆ ਜਾਂ ਜਿਹੜੀ ਹੈਗੀ ਆ ਤਰੇਲ ਹੈ, ਉਹ ਜਿਹੜੀ ਹਾਈ ਹਿਊਮਿਡਿਟੀ ਆ ਹਵਾ ਦੇ ਵਿੱਚ, ਜਾਂ ਜਦੋਂ ਤਰੇਲ ਪੈਂਦੀ ਹੈ ਜਾਂ ਬਾਰਿਸ਼ ਪੈਂਦੀ ਹੈ, ਤਾਂ ਜਿਹੜੀ ਹਾਈ ਹਿਊਮਿਡਿਟੀ ਆ ਉਹ ਜਿਹੜੇ ਇਹਦੇ ਸਪੋਰਸ ਹੈ, ਜਿਹੜੇ ਇਹਦੇ ਨਿੱਕੇ ਨਿੱਕੇ ਕਾਣਾ ਆਪਾਂ ਨੂੰ ਨੰਗੀ ਅੱਖ ਨਾਲ ਨਹੀਂ ਦੇਖਦੇ, ਉਹ ਜਿਹੜੇ ਪੱਤਿਆਂ ਦੇ ਨਾਲ ਚਿਪਕਾਉਣ ਦੇ ਵਿੱਚ ਬੜਾ ਵੱਡਾ ਰੋਲ ਜਿਹੜਾ ਹੈਗਾ ਅਦਾ ਕਰਦੀ, ਉਹਦੇ ਨਾਲ ਜਿਹੜੇ ਸਪੋਰਸ ਦੇ ਕਲੱਸਟਰ ਵੱਧਦੇ ਆ, ਅਤੇ ਉਦੋਂ ਬਾਅਦ ਜਿਹੜੀ ਹੈਗੀ ਉਹਦੇ ਨਾਲ ਇਨਫੈਕਸ਼ਨ ਉਹਦੀ ਵੱਧ ਜਾਂਦੀ ਹੈਗੀ ਆ। ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਮੀਂਹ ਦੇ ਨਾਲ ਜਿਹੜੀ ਹੈਗੀ ਇਹ ਬਿਮਾਰੀ, ਇਹ ਜਦੋਂ ਬਾਰਿਸ਼ ਹੁੰਦੀ ਹੈ ਤਾਂ ਆਮ ਕਿਸਾਨ ਵੀਰਾਂ ਨੂੰ ਹੁੰਦਾ ਕਿ ਇਹਦੇ ਨਾਲ ਜਿਹੜੀ ਹੈਗੀ ਪੱਤੇ ਧੋਤੇ ਗਏ, ਪਰ ਨਹੀਂ, ਉਹਦੇ ਨਾਲ ਜਿਹੜੇ ਸਪੋਰ ਆ ਉਹ ਮੀਂਹ ਦੇ ਨਾਲ ਜਿਹੜੇ ਹੈਗੇ ਆ ਸਾਰੇ ਖੇਤ ਦੇ ਵਿੱਚ ਜਾਂ ਜਿਹੜੇ ਨਾਲ ਦੇ ਖੇਤਾਂ ਤੱਕ ਵੀ ਜਿਹੜੇ ਖਿੱਲਰ ਸਕਦੇ ਆ। ਮੀਂਹ ਦੇ ਨਾਲ ਜਿਹੜੇ ਹੈਗੇ ਇਹਦੀ ਇਨਫੈਕਸ਼ਨ ਹੁੰਦੀ ਵੀ ਬਾਰਿਸ਼ ਦੇ ਨਾਲ ਆ, ਫ੍ਰੀ ਵਾਟਰ ਜਦੋਂ ਹੁੰਦਾ ਜਾਂ ਹਵਾ ਦੇ ਵਿੱਚ ਨਮੀ ਹੋਵੇ ਤਾਂ ਉਹਦੀ ਵੱਧਦੀ ਫੈਲਦੀ ਵੀ, ਜਦੋਂ ਮੀਂਹ ਪੈਂਦਾ ਉਹਦੇ ਨਾਲ ਵੱਧਦੀ ਆ ਸਗੋਂ ਬਿਮਾਰੀ, ਇਹ ਘੱਟਦੀ ਨਹੀਂ ਹੈਗੀ। ਉਦੋਂ ਬਾਅਦ ਹੈ ਕਿਸਾਨ ਵੀਰੋ ਜਦੋਂ ਤੇਜ਼ ਹਵਾ ਵਗਦੀ ਹੈ, ਤਾਂ ਤੇਜ਼ ਹਵਾ ਦੇ ਨਾਲ ਵੀ ਜਿਹੜੇ ਹੈਗੇ ਇਹਦੇ ਸਪੋਰ ਆ ਦੂਰੋਂ ਦੂਰੋਂ, ਜਿਹੜੇ ਮੇਨ ਇਹਦੀ ਇਨਫੈਕਸ਼ਨ ਵੀ ਉਦੋਂ ਹੁੰਦੀ ਹੈ ਜਦੋਂ ਜਿਹੜੀਆਂ ਪਹਾੜੀਆਂ ਵਾਲੇ ਇਲਾਕਿਆਂ ਦੇ ਵਿੱਚੋਂ ਜਦੋਂ ਠੰਡੀਆਂ ਹਵਾਵਾਂ ਵਗਦੀਆਂ ਨੇ, ਉਦੋਂ ਹੀ ਇਹਦੀ ਇਨਫੈਕਸ਼ਨ ਹੁੰਦੀ ਹੈ, ਅਤੇ ਹਵਾ ਦੇ ਨਾਲ ਹੀ ਇਹਦੇ ਜਿਹੜੇ ਸਪੋਰ ਆ ਦੂਰ ਦੂਰ ਤੱਕ ਜਿਹੜੀ ਦੂਰੀ ਤੈਅ ਕਰਦੇ ਆ, ਅਤੇ ਬਿਮਾਰੀ ਜਿਹੜੀ ਹੈਗੀ ਆ ਅੱਗੇ ਫੈਲਦੀ ਹੈ। ਅਤੇ ਇਸ ਕਰਕੇ ਕਿਸਾਨ ਵੀਰੋ ਜਿਹੜੇ ਹੈਗੇ ਆ, ਤੁਹਾਨੂੰ ਮੈਂ ਦੱਸਿਆ ਤਾਪਮਾਨ ਅਤੇ ਹਵਾ ਅਤੇ ਬਾਰਿਸ਼ ਜਿਹੜੀ ਹੈਗੀ, ਹਵਾ 'ਚ ਨਮੀ ਦੀ ਮਾਤਰਾ ਵੱਧ ਹੋਣੀ, ਮੀਂਹ ਪੈਣਾ, ਉਦੋਂ ਬਾਅਦ ਜਿਹੜੀ ਹੈਗੀ ਇਹਦੀ ਇਨਫੈਕਸ਼ਨ ਇਸ ਬਿਮਾਰੀ ਦੀ ਵੱਧਦੀ ਹੈ। ਸੋ
ਸਮੇਂ ਸਿਰ ਇਹ ਬਿਮਾਰੀ ਦੀਆਂ ਤੁਹਾਨੂੰ ਮੈਂ ਨਿਸ਼ਾਨੀਆਂ ਦੱਸਤੀਆਂ, ਜਦੋਂ ਇਹਦਾ ਅਟੈਕ ਨਜ਼ਰ ਆਵੇ ਤਾਂ ਆਪਾਂ ਨੂੰ ਜਿਹੜਾ ਹੈਗਾ ਸਮੇਂ ਸਿਰ ਜਿਹੜਾ ਹੈਗਾ ਉਹਦਾ ਕੰਟਰੋਲ ਬਿਮਾਰੀ ਦਾ ਕਰਨਾ ਚਾਹੀਦਾ, ਕੰਟਰੋਲ ਕਰਨਾ ਜ਼ਰੂਰੀ ਕਿਸਾਨ ਵੀਰੋ। ਸੋ ਜੇ ਕੰਟਰੋਲ ਦੀ ਗੱਲ ਕਰੀਏ, ਜਿਹੜੀਆਂ ਆਪਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਉਲੀਨਾਸ਼ਕੀ ਜਿਹੜੇ ਸਿਫਾਰਸ਼ ਕੀਤੇ ਗਏ ਉਹਨਾਂ ਦੇ ਵਿੱਚ ਤੁਸੀਂ ਜਦੋਂ ਜਿਹੜੀ ਹੈਗੀ ਹੈ ਜਦੋਂ ਪਾਣੀ ਲਾਉਣਾ ਹੈ ਜਨਵਰੀ ਫਰਵਰੀ ਦੇ ਵਿੱਚ ਜਦੋਂ ਪਾਣੀ ਲਾਉਣੇ, ਉਸ ਤੋਂ ਬਾਅਦ ਜਿਹੜੀਆਂ ਨਿਸ਼ਾਨੀਆਂ ਦੀਆਂ ਚੈੱਕ ਕਰਦੇ ਰਹਿਣਾ, ਜਾਂ ਜਦੋਂ ਬਾਰਿਸ਼ ਹੁੰਦੀ ਹੈ, ਜਾਂ ਜਦੋਂ ਹਵਾ ਦੇ ਵਿੱਚ ਸਿੱਲ ਜ਼ਿਆਦਾ ਹੋਵੇ, ਜਾਂ ਜਦੋਂ ਤਰੇਲ ਜ਼ਿਆਦਾ ਪੈਂਦੀ ਲਗਾਤਾਰ ਕਈ ਕਈ ਦਿਨ, ਉਦੋਂ ਇਹਦਾ ਅਟੈਕ ਹੁੰਦਾ। ਸੋ ਉਦੋਂ ਆਪਾਂ ਜਿਹੜੀ ਹੈਗੀ ਹੈ ਉੱਲੀ ਨਾਸ਼ਕ, ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਫਸਲ ਗੋਭ ਦੇ ਵਿੱਚ ਆਵੇ ਜਾਂ ਜਦੋਂ ਛਿੱਟੇ ਕੱਢਣ ਲੱਗਦੀ ਹੈਗੀ ਤਾਂ ਉਦੋਂ ਤੁਸੀਂ ਇੱਕ ਉੱਲੀ ਨਾਸ਼ਕ ਦਾ ਜ਼ਰੂਰ ਸਪਰੇ ਕਰਨੀ ਆ। ਉਸ ਤੋਂ ਬਾਅਦ ਜਿਹੜਾ ਹੈਗਾ ਲੋੜ ਅਨੁਸਾਰ ਜਦੋਂ ਅਟੈਕ ਨਜ਼ਰ ਆਉਂਦਾ ਉਦੋਂ ਕਰ ਸਕਦੇ ਹਾਂ। ਦੌਗੀਆਂ ਦੇ ਵਿੱਚ ਇਹਦਾ ਅਟੈਕ ਹੁੰਦਾ ਤਾਂ ਤੁਸੀਂ ਪਹਿਲਾਂ ਜਿਹੜਾ ਕੰਟਰੋਲ ਕਰਨ ਵਾਸਤੇ ਧੌੜੀਆਂ ਦੇ ਵਿੱਚ ਵੀ ਸਪਰੇ ਕਰ ਸਕਦੇ ਹੈਗੇ ਆ, ਅਤੇ ਸਾਰੇ ਖੇਤ ਦੇ ਵਿੱਚ ਵੀ ਜੇ ਅਟੈਕ ਨਜ਼ਰ ਆਵੇ ਤਾਂ ਸਾਰੇ ਖੇਤ 'ਚ ਕਰ ਸਕਦੇ ਹੋ। ਉਹਦੇ ਵਾਸਤੇ ਜਿਹੜੀਆਂ ਸਿਫਾਰਸ਼ ਜਿਹੜੀਆਂ ਉੱਲੀ ਨਾਸ਼ਕ ਨੇ ਕਿਸਾਨ ਵੀਰ ਟੈਬੂਕੋਨਾਜੋਲ, ਜਿਹਨੂੰ ਕਿਸਾਨ ਵੀਰ ਤੁਸੀਂ ਜਿਹੜਾ ਹੈਗਾ ਫੋਲੀਕਿਓਰ ਜਾਂ ਕੈਵੀਟ 25WG ਆਉਂਦੀ ਹੈ ਇਹ 200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ, ਜਾਂ ਪ੍ਰੋਪੀਕੋਨਾਜੋਲ ਹੈ ਟਿਲਟ ਜਿਹਨੂੰ ਤੁਸੀਂ ਕਹਿ ਦਿੰਦੇ ਆ, ਉਹ ਵੀ ਜਿਹੜੀ ਹੈਗੀ ਆ 200 ML ਪ੍ਰਤੀ ਏਕੜ ਦੇ ਹਿਸਾਬ ਨਾਲ 1 ਲੀਟਰ 5 ਕਿੱਲਿਆਂ 'ਚ। ਓਪੇਰਾ ਜਿਹੜੀ ਹੈਗੀ ਆ ਓਪੇਰਾ 18.3 SC ਜਾਂ ਬੰਪਰ ਜਾਂ ਸਟਿਲਟ ਜਿਹੜੀ ਹੈਗੀ ਇਹ ਵੀ ਤੁਸੀਂ ਓਪੇਰਾ ਵੀ 200 ML ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹਾਂ, ਅਤੇ ਬੰਪਰ ਸਟਿਲਟ ਕੰਪਾਸ ਮਾਰਕਜੋਲ ਇਹ ਵੀ ਤੁਸੀਂ 200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਸਪਰੇਅ ਕਰਨੀ ਹੈਗੀ ਆ, ਜਾਂ ਤੁਸੀਂ ਨੈਟੀਵੋ ਦਵਾਈ ਹੈ ਕਿਸਾਨ ਵੀਰੋ, ਨੈਟੀਵੋ ਉੱਲੀ ਨਾਸ਼ਕ 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਜਿਹੜਾ ਹੈਗਾ ਉਹਦੀ ਸਪਰੇਅ ਤੁਸੀਂ 200 ਲੀਟਰ ਪਾਣੀ ਪ੍ਰਤੀ ਏਕੜ ਵਰਤ ਕੇ ਉਹਦੀ ਸਪਰੇਅ ਚੰਗੀ ਤਰ੍ਹਾਂ ਜਿਹੜੀ ਖੇਤ ਦੇ ਵਿੱਚ ਕਰਨੀ ਕਰ ਸਕਦੇ ਹੋ। ਕੋਸ਼ਿਸ਼ ਇਹੀ ਕਰੋ ਕਿਸਾਨ ਵੀਰੋ, ਜਦੋਂ ਵੀ ਆਪਾਂ ਨੂੰ ਹਲਕੀਆਂ ਨਿਸ਼ਾਨੀਆਂ ਧੌੜੀਆਂ ਦੇ ਵਿੱਚ ਪੱਤੇ ਪੀਲੇ ਨਜ਼ਰ ਆਉਂਦੇ ਆ, ਤੁਸੀਂ ਉੱਲੀ ਨਾਸ਼ਕ ਦਾ ਛਿੜਕਾਅ ਉਦੋਂ ਹੀ ਕਰ ਦਿਓ, ਉਦੋਂ ਇਨਫੈਕਸ਼ਨ ਸ਼ੁਰੂ ਹੁੰਦੀ ਆ, ਉਸ ਤੋਂ ਬਾਅਦ ਜਦੋਂ ਸਿਮਟਮ ਆਉਂਦੇ ਉਦੋਂ ਤੱਕ ਜਿਹੜੀ ਹੈਗੀ ਦੇਰ ਕਾਫੀ ਹੋ ਚੁੱਕੀ ਹੁੰਦੀ ਹੈ, ਕਾਫੀ ਜ਼ਿਆਦਾ ਅਟੈਕ ਵੱਧ ਜਾਂਦਾ। ਸੋ ਸਮੇਂ ਸਿਰ ਜਿਹੜੇ ਉੱਲੀ ਨਾਸ਼ਕਾਂ ਦੀ ਸਪਰੇਅ ਕਰੋ ਤਾਂ ਕਿ ਆਪਣੀ ਫਸਲ ਨੂੰ ਆਪਾਂ ਜਿਹੜਾ ਹੈਗਾ ਪੀਲੀ ਕੁੰਗੀ ਦੇ ਖਤਰਨਾਕ ਰੋਗ ਤੋਂ ਬਚਾ ਸਕੀਏ, ਅਤੇ ਆਪਾਂ ਚੰਗਾ ਝਾੜ ਲੈ ਸਕੀਏ, ਖਾਸ ਕਰ ਜਦੋਂ ਫਸਲ ਦੇ ਵਿੱਚ ਗੋਭ ਚਾਉਂਦੀ ਹੈ ਅਤੇ ਉਸ ਤੋਂ ਬਾਅਦ ਦਾਣੇ ਭਰਨੇ ਸ਼ੁਰੂ ਹੁੰਦੇ ਆ ਜਾਂ ਦੋਧਾ ਭਰ ਰਿਹਾ ਹੁੰਦਾ, ਉਦੋਂ ਜਿਹੜਾ ਹੈਗਾ ਇਸ ਬਿਮਾਰੀ ਤੋਂ ਧਿਆਨ ਰੱਖਣ ਦੀ ਬੜੀ ਜ਼ਰੂਰਤ ਹੈ। ਹੋਰ ਤੁਹਾਡਾ ਸਵਾਲ ਹੋਵੇ, ਸੁਝਾਅ ਹੋਵੇ, ਜ਼ਰੂਰ ਦੱਸਿਓ। ਵੀਡੀਓ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਸ਼ੇਅਰ ਕਰ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।